ਕੀ ਇਹ ਆ ਜਿਹੜੇ ਕੇਕ ਕੱਟੇ ਜਾ ਰਹੇ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ, ਇਹ ਗੁਰਮਤ ਨਹੀਂ ਹੈ ਪਿਆਰਿਓ? ਅਸੀਂ ਤਾਂ ਉਹ ਗੁਰਮਤ ਦੇ ਉੱਤੇ ਪਹਿਰਾ ਦੇਣ ਵਾਲੇ, ਅੱਜ ਕੋਈ ਗੁਰੂਆਂ ਦੇ ਨਾਂ 'ਤੇ ਕੇਕ ਕੱਟਦਾ, ਫਿਰ ਕਈ ਕਹਿਣਗੇ ਜੀ ਪਰਿਵਾਰ ਦੀ ਸ਼ਰਧਾ ਹੈ, ਕੱਲ੍ਹ ਨੂੰ ਕਿਸੇ ਦੀ ਸ਼ਰਧਾ ਹੋਏਗੀ ਜੀ ਮੈਂ ਨਸ਼ਾ ਲੈ ਕੇ ਆਉਣਾ ਗੁਰਦੁਆਰੇ ਆਗਿਆ ਦੇ ਦੋਗੇ? ਨਹੀਂ ਭਾਈ, ਇਹ ਕੋਈ ਸ਼ਰਧਾ ਨਹੀਂ। ਕੇਕ ਤੁਸੀਂ ਆਪਣੇ ਘਰ ਬਣਾ ਕੇ ਖਾਓ, 100 ਵਾਰ ਖਾਓ, ਖਾਣ ਵਾਲੀ ਚੀਜ਼ ਹੈ, ਪਰ ਗੁਰਦੁਆਰੇ ਦੇ ਕੁਝ ਨੇਮ ਮਰਿਆਦਾ ਨੇ। ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਲੰਗਰ ਵੀ ਜਿੱਥੇ ਬਣਦਾ ਤੁਸੀਂ ਉੱਥੇ ਅਰਦਾਸਾਂ ਸੋਧ ਕੇ ਵਰਤਾ ਦਿਓ। ਇੱਥੇ ਤਾਂ ਅਸੀਂ ਅੱਜ ਬੜਾ ਕੁਝ ਬਣਾ ਤਾ, ਅਸੀਂ ਤਾਂ ਜਲੇਬੀ 'ਚ ਵੀ ਕਿਰਪਾਨ, ਲੱਡੂ 'ਚ ਵੀ ਕਿਰਪਾਨ, ਪਤਾ ਨਹੀਂ ਅਸੀਂ, ਮਤਲਬ ਮਾਫ ਕਰਨਾ ਇਹ ਗੱਲ ਸ਼ਾਇਦ ਕਿਸੇ ਨੂੰ ਹਜ਼ਮ ਨਾ ਹੋਵੇ, ਸਿਰਫ ਮਰਿਆਦਾ ਪੜ੍ਹੋ, ਸਿਰਫ ਗੁਰੂ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ। ਅਸੀਂ ਤਾਂ ਫਾਰਿਕ ਨੂੰ ਅਸੀਂ ਤਾਂ ਜਲੇਬੀ ਪ੍ਰਸ਼ਾਦ ਜੀ, ਲੱਡੂ ਪ੍ਰਸ਼ਾਦ ਜੀ, ਪਤਾ ਨਹੀਂ ਕੀ ਬਣਾਤਾ ਅਸੀਂ। ਤੋ ਇਸ ਗੱਲ ਨੂੰ ਥੋੜ੍ਹਾ ਜਿਹਾ ਸੁਧਾਰ ਕਰੀਏ, ਜਿਹੜੀ ਚੀਜ਼ ਲੰਗਰ ਵਿੱਚ ਵਰਤਾਈ ਜਾਂਦੀ ਉਹਨੂੰ ਲੰਗਰ ਵਿੱਚ ਅਰਦਾਸਾਂ ਸੋਧ ਕੇ ਵਰਤਾ ਦਿਓ, ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ। ਤੁਸੀਂ ਇਸੇ ਕਰਕੇ ਹੌਲੀ ਹੌਲੀ ਸਾਡੇ ਨੇਮ ਮਰਿਆਦਾ ਭੁੱਲਦੇ ਜਾ ਰਹੇ ਹਾਂ ਅਸੀਂ। ਆਓ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਝੰਡੇ ਹੇਠ ਆਓ, ਗੁਰੂ ਦੀ ਬਾਣੀ ਪੜ੍ਹੋ। ਥਾਂ ਥਾਂ 'ਤੇ ਜਿਹੜੇ ਡੰਬੀ ਗੁਰੂ ਤੁਰੇ ਫਿਰਦੇ ਨੇ, ਐਵੇਂ ਕੋਈ ਕਿਤੇ ਜਾ ਕੇ ਮੱਥਾ ਟੇਕਦਾ ਫਿਰਦਾ ਹੈ, ਕੋਈ ਕਿਤੇ ਜਾ ਕੇ ਲਕੀਰਾਂ ਕੱਢਦਾ ਫਿਰਦਾ ਹੈ, ਐਸ ਦਰ ਵਰਗਾ ਕਿਹੜਾ ਦਰ ਹੈ ਪਿਆਰੇ? ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ। ਕੀ ਇਹ ਆ ਜਿਹੜੇ ਕੇਕ ਕੱਟੇ ਜਾ ਰਹੇ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ, ਇਹ ਗੁਰਮਤ ਨਹੀਂ ਹੈ ਪਿਆਰਿਓ? ਅਸੀਂ ਤਾਂ ਉਹ ਗੁਰਮਤ ਦੇ ਉੱਤੇ ਪਹਿਰਾ ਦੇਣ ਵਾਲੇ, ਅੱਜ ਕੋਈ ਗੁਰੂਆਂ ਦੇ ਨਾਂ 'ਤੇ ਕੇਕ ਕੱਟਦਾ, ਫਿਰ ਕਈ ਕਹਿਣਗੇ ਜੀ ਪਰਿਵਾਰ ਦੀ ਸ਼ਰਧਾ ਹੈ, ਕੱਲ੍ਹ ਨੂੰ ਕਿਸੇ ਦੀ ਸ਼ਰਧਾ ਹੋਏਗੀ ਜੀ ਮੈਂ ਨਸ਼ਾ ਲੈ ਕੇ ਆਉਣਾ ਗੁਰਦੁਆਰੇ ਆਗਿਆ ਦੇ ਦੋਗੇ? ਨਹੀਂ ਭਾਈ, ਇਹ ਕੋਈ ਸ਼ਰਧਾ ਨਹੀਂ। ਕੇਕ ਤੁਸੀਂ ਆਪਣੇ ਘਰ ਬਣਾ ਕੇ ਖਾਓ, 100 ਵਾਰ ਖਾਓ, ਖਾਣ ਵਾਲੀ ਚੀਜ਼ ਹੈ, ਪਰ ਗੁਰਦੁਆਰੇ ਦੇ ਕੁਝ ਨੇਮ ਮਰਿਆਦਾ ਨੇ। ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਲੰਗਰ ਵੀ ਜਿੱਥੇ ਬਣਦਾ ਤੁਸੀਂ ਉੱਥੇ ਅਰਦਾਸਾਂ ਸੋਧ ਕੇ ਵਰਤਾ ਦਿਓ। ਇੱਥੇ ਤਾਂ ਅਸੀਂ ਅੱਜ ਬੜਾ ਕੁਝ ਬਣਾ ਤਾ, ਅਸੀਂ ਤਾਂ ਜਲੇਬੀ 'ਚ ਵੀ ਕਿਰਪਾਨ, ਲੱਡੂ 'ਚ ਵੀ ਕਿਰਪਾਨ, ਪਤਾ ਨਹੀਂ ਅਸੀਂ, ਮਤਲਬ ਮਾਫ ਕਰਨਾ ਇਹ ਗੱਲ ਸ਼ਾਇਦ ਕਿਸੇ ਨੂੰ ਹਜ਼ਮ ਨਾ ਹੋਵੇ, ਸਿਰਫ ਮਰਿਆਦਾ ਪੜ੍ਹੋ, ਸਿਰਫ ਗੁਰੂ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ। ਅਸੀਂ ਤਾਂ ਫਾਰਿਕ ਨੂੰ ਅਸੀਂ ਤਾਂ ਜਲੇਬੀ ਪ੍ਰਸ਼ਾਦ ਜੀ, ਲੱਡੂ ਪ੍ਰਸ਼ਾਦ ਜੀ, ਪਤਾ ਨਹੀਂ ਕੀ ਬਣਾਤਾ ਅਸੀਂ। ਤੋ ਇਸ ਗੱਲ ਨੂੰ ਥੋੜ੍ਹਾ ਜਿਹਾ ਸੁਧਾਰ ਕਰੀਏ, ਜਿਹੜੀ ਚੀਜ਼ ਲੰਗਰ ਵਿੱਚ ਵਰਤਾਈ ਜਾਂਦੀ ਉਹਨੂੰ ਲੰਗਰ ਵਿੱਚ ਅਰਦਾਸਾਂ ਸੋਧ ਕੇ ਵਰਤਾ ਦਿਓ। ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ। ਤੁਸੀਂ ਇਸੇ ਕਰਕੇ ਹੌਲੀ ਹੌਲੀ ਸਾਡੇ ਨੇਮ ਮਰਿਆਦਾ ਭੁੱਲਦੇ ਜਾ ਰਹੇ ਹਾਂ ਅਸੀਂ। ਆਓ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਝੰਡੇ ਹੇਠ ਆਓ, ਗੁਰੂ ਦੀ ਬਾਣੀ ਪੜ੍ਹੋ। ਥਾਂ ਥਾਂ 'ਤੇ ਜਿਹੜੇ ਡੰਬੀ ਗੁਰੂ ਤੁਰੇ ਫਿਰਦੇ ਨੇ, ਐਵੇਂ ਕੋਈ ਕਿਤੇ ਜਾ ਕੇ ਮੱਥਾ ਟੇਕਦਾ ਫਿਰਦਾ ਹੈ, ਕੋਈ ਕਿਤੇ ਜਾ ਕੇ ਲਕੀਰਾਂ ਕੱਢਦਾ ਫਿਰਦਾ ਹੈ, ਐਸ ਦਰ ਵਰਗਾ ਕਿਹੜਾ ਦਰ ਹੈ ਪਿਆਰੇ? ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ। ਕੀ ਇਹ ਆ ਜਿਹੜੇ ਕੇਕ ਕੱਟੇ ਜਾ ਰਹੇ ਨੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ, ਇਹ ਗੁਰਮਤ ਨਹੀਂ ਹੈ ਪਿਆਰਿਓ? ਅਸੀਂ ਤਾਂ ਉਹ ਗੁਰਮਤ ਦੇ ਉੱਤੇ ਪਹਿਰਾ ਦੇਣ ਵਾਲੇ, ਅੱਜ ਕੋਈ ਗੁਰੂਆਂ ਦੇ ਨਾਂ 'ਤੇ ਕੇਕ ਕੱਟਦਾ, ਫਿਰ ਕਈ ਕਹਿਣਗੇ ਜੀ ਪਰਿਵਾਰ ਦੀ ਸ਼ਰਧਾ ਹੈ, ਕੱਲ੍ਹ ਨੂੰ ਕਿਸੇ ਦੀ ਸ਼ਰਧਾ ਹੋਏਗੀ ਜੀ ਮੈਂ ਨਸ਼ਾ ਲੈ ਕੇ ਆਉਣਾ ਗੁਰਦੁਆਰੇ ਆਗਿਆ ਦੇ ਦੋਗੇ? ਨਹੀਂ ਭਾਈ, ਇਹ ਕੋਈ ਸ਼ਰਧਾ ਨਹੀਂ। ਕੇਕ ਤੁਸੀਂ ਆਪਣੇ ਘਰ ਬਣਾ ਕੇ ਖਾਓ, 100 ਵਾਰ ਖਾਓ, ਖਾਣ ਵਾਲੀ ਚੀਜ਼ ਹੈ, ਪਰ ਗੁਰਦੁਆਰੇ ਦੇ ਕੁਝ ਨੇਮ ਮਰਿਆਦਾ ਨੇ। ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਲੰਗਰ ਵੀ ਜਿੱਥੇ ਬਣਦਾ ਤੁਸੀਂ ਉੱਥੇ ਅਰਦਾਸਾਂ ਸੋਧ ਕੇ ਵਰਤਾ ਦਿਓ। ਇੱਥੇ ਤਾਂ ਅਸੀਂ ਅੱਜ ਬੜਾ ਕੁਝ ਬਣਾ ਤਾ, ਅਸੀਂ ਤਾਂ ਜਲੇਬੀ 'ਚ ਵੀ ਕਿਰਪਾਨ, ਲੱਡੂ 'ਚ ਵੀ ਕਿਰਪਾਨ, ਪਤਾ ਨਹੀਂ ਅਸੀਂ, ਮਤਲਬ ਮਾਫ ਕਰਨਾ ਇਹ ਗੱਲ ਸ਼ਾਇਦ ਕਿਸੇ ਨੂੰ ਹਜ਼ਮ ਨਾ ਹੋਵੇ, ਸਿਰਫ ਮਰਿਆਦਾ ਪੜ੍ਹੋ, ਸਿਰਫ ਗੁਰੂ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ, ਸਿਰਫ ਕੜਾ ਪ੍ਰਸ਼ਾਦੀ ਦੇਗ ਪ੍ਰਵਾਨ ਹੈ। ਅਸੀਂ ਤਾਂ ਫਾਰਿਕ ਨੂੰ ਅਸੀਂ ਤਾਂ ਜਲੇਬੀ ਪ੍ਰਸ਼ਾਦ ਜੀ, ਲੱਡੂ ਪ੍ਰਸ਼ਾਦ ਜੀ, ਪਤਾ ਨਹੀਂ ਕੀ ਬਣਾਤਾ ਅਸੀਂ। ਤੋ ਇਸ ਗੱਲ ਨੂੰ ਥੋੜ੍ਹਾ ਜਿਹਾ ਸੁਧਾਰ ਕਰੀਏ, ਜਿਹੜੀ ਚੀਜ਼ ਲੰਗਰ ਵਿੱਚ ਵਰਤਾਈ ਜਾਂਦੀ ਉਹਨੂੰ ਲੰਗਰ ਵਿੱਚ ਅਰਦਾਸਾਂ ਸੋਧ ਕੇ ਵਰਤਾ ਦਿਓ। ਇੱਥੇ ਸਿਰਫ ਕੜਾ ਪ੍ਰਸ਼ਾਦੀ ਦੇਗ। ਤੁਸੀਂ ਇਸੇ ਕਰਕੇ ਹੌਲੀ ਹੌਲੀ ਸਾਡੇ ਨੇਮ ਮਰਿਆਦਾ ਭੁੱਲਦੇ ਜਾ ਰਹੇ ਹਾਂ ਅਸੀਂ। ਆਓ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਝੰਡੇ ਹੇਠ ਆਓ, ਗੁਰੂ ਦੀ ਬਾਣੀ ਪੜ੍ਹੋ। ਥਾਂ ਥਾਂ 'ਤੇ ਜਿਹੜੇ ਡੰਬੀ ਗੁਰੂ ਤੁਰੇ ਫਿਰਦੇ ਨੇ, ਐਵੇਂ ਕੋਈ ਕਿਤੇ ਜਾ ਕੇ ਮੱਥਾ ਟੇਕਦਾ ਫਿਰਦਾ ਹੈ, ਕੋਈ ਕਿਤੇ ਜਾ ਕੇ ਲਕੀਰਾਂ ਕੱਢਦਾ ਫਿਰਦਾ ਹੈ, ਐਸ ਦਰ ਵਰਗਾ ਕਿਹੜਾ ਦਰ ਹੈ ਪਿਆਰੇ? ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸਿਵੇ।